ਪੈਰ ਆਪਾਂ ਫਿੱਟ ਵੀ ਕਰਤੇ ਆ ਦੇਖੋ ਲੁੱਕ ਹਲੇ ਪਹਿਲਾਂ ਕਿਹੜਾ ਲੱਗ ਰਿਹਾ ਚੱਲ ਜਾਂਦਾ ਦੌੜੀ ਆਉਣ ਲੱਗੇ ਹੋਇਆ ਜ਼ੋਰ ਲਾਉਣ ਓਕੇ ਰਿਪੋਰਟ ਕੰਮ ਹੋ ਗਿਆ ਪਰ ਵੱਟਾਂ ਪੀਲੇ ਰੰਗ ਦੀਆਂ ਪਈਆਂ ਨੇ ਜਿਵੇਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਦਿਨ ਹੈਗਾ ਚੈੱਕ ਅੱਜ 1 ਨਵੰਬਰ ਹੈਪੀ ਦੀਵਾਲੀ ਇਹਨਾਂ ਨਾਲ ਸਾਰਿਆਂ ਨੂੰ ਅੱਜ ਦਿਨ ਦੀਵਾਲੀ ਹੈ ਅਤੇ ਅਸੀਂ ਦੀਵਾਲੀ ਮਨਾਉਂਦੇ ਫਿਰਦੇ ਹਾਂ ਅੱਜ ਦੀਵਾਲੀ 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 ਹੋਈ ਵੀ ਹੈ ਗੱਟਾਂ ਦੀ ਕਾਹਦੀ ਦੀਵਾਲੀ ਹੈ ਸਤਿ ਸ਼੍ਰੀ ਅਕਾਲ ਜੀ ਇਹਨਾਂ ਦਾ ਨਵੀਂ ਵੀਡੀਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਲੂ ਪੀ ਜਾ ਗਏ ਅੱਜ ਅਸੀਂ ਹਾਂ ਲੋਕ ਦੀਵਾਲੀ ਮਨਾ ਰਹੇ ਹੈ ਸਾਡੀ ਰੋਜ਼ ਦੀਵਾਲੀ ਲੋਹੜੀ ਹਾਂ ਜੀ ਵਾਹ ਜੀ ਵਾਹ ਜੀ ਵਾਹ ਕਈ ਖੇਡੀ ਸੀਗੇ ਇੱਕ ਓਲੰਪੀਆ ਲੈਣ ਆਏ ਟਰੈਕਟਰ ਦਾ ਆਲੂ ਬੀਜਣ ਲੱਗਿਆ ਦੱਬੇ ਵਾਜੀ ਟਾਇਰ ਤਾਂ ਆਪਾਂ ਦਿਖਾਈ ਨੀ ਵਲੋਗ ਚ ਭਾਈ ਮੈਂ ਤੇਰਾ ਟਾਇਰ ਲਿਆ ਸੀ ਪਿਛਲੀ ਵਲੋਗ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਟਾਇਰ ਆਪਾਂ ਫਿੱਟ ਵੀ ਕਰਤੇ ਆ ਦੇਖੋ ਲੁੱਕ ਇੱਥੋਂ ਦੇਖੋ ਹਾਂਜੀ ਓਹੋ ਕੀ ਕਹਿੰਦੇ ਹੁੰਦੇ ਆ ਪਹਿਲਾਂ ਤੁਹਾਨੂੰ ਟਾਇਰ ਹੀ ਦਿਖਾਈਏ ਯਾਰ ਮੈਂ ਵਲੋਗ ਨਹੀਂ ਬਣਾਇਆ ਉਦੋਂ ਬਾਅਦ ਚੋਂ ਦੇਖੋ ਬਾਈ ਮੈਂ ਬਹੁਤ ਜ਼ਿਆਦਾ ਟਰੈਕਟਰ ਯਾਰ ਇਹਦੇ ਪਿਛਲੇ ਟਾਇਰ ਰੇਡੀਅਲ ਪਾਉਣ ਵਾਲੇ ਆ ਮਤਲਬ ਉਹ ਦੂਜੇ ਟਰੈਕਟਰ ਨੂੰ ਪਾਏ ਪਿਆ ਉਹਨੂੰ ਪਾਏ ਹੋਏ ਆ ਹੁਣ ਉਹ ਲਾ ਕੇ ਇਹਦੇ ਪਾਉਣੇ ਆ ਦੇਖਦੇ ਹਾਂ ਇੱਕ ਉਹਦੇ ਵਿੱਚ ਪਾ ਦਾਂਗੇ ਚਲੋ ਹੁਣ ਜੀ ਕਰਦਾ ਵੀ ਪਾ ਕੇ ਦੇਖੀਏ ਟਾਇਰ ਦੀ ਬਾਈ ਚੜਾਈ ਉਹਨਾਂ ਦੇ ਨਾਲ ਵੀ ਲਾ ਕੇ ਦੇਖੀ ਆ ਸਾਈਡ 'ਤੇ ਮੈਂ ਫੋਟੋ ਅਟੈਚ ਕੀਤੀ ਆ ਦੇਖੋ ਨਾ ਤਾਂ ਉਹਨਾਂ ਤੋਂ ਬਾਹਲਾ ਛੋਟਾ ਨਾ ਇਹ ਵੱਡਾ ਐਵਰੇਜ ਸਾਈਜ਼ ਆ 11-16 ਰੈਮਾਂ ਪਹਿਰਾ ਚੌੜਾ ਹੀ ਕਰਤਾ ਜੀ ਦੇਖਿਆ ਜੀ ਤੁਸੀਂ ਹੁਣ ਹੀ ਸਟਿੱਕਰ ਸ਼ੁਕਰ ਲਏ ਆ ਹੁਣ ਹੀ ਆ ਬਸ ਖੇ ਟਾਇਰ ਕੱਲ੍ਹ ਫਿੱਟ ਕਰਤੇ ਸਵੇਰੇ ਹੀ ਲਿਆਉਣ ਸਰ ਪਰਸੋਂ ਲੈ ਕੇ ਆਉਂਦੇ ਆਪਾਂ ਰਾਤ ਨੂੰ ਕੱਲ੍ਹ ਫਿੱਟ ਕਰਤੇ ਕੱਲ੍ਹ ਸਾਰਾ ਦਿਨ ਵਲੋਗ ਨਹੀਂ ਬਣਿਆ ਕੱਲ੍ਹ ਹੋਰ ਕੰਮਾਂ 'ਚ ਫਿਰਦੇ ਸੀਗੇ ਅੱਜ ਖੇਤ ਲਾਹਤੇ ਕੰਮ ਚੱਲ ਕਰਨਾ ਹੀ ਆ ਅਤੇ ਦੇਖੋ ਪੂਰੀ ਯਾਰ ਵਧੀਆ ਬਾਈ ਇੰਨਾ ਕੁ ਹੈਵੀ ਹੈ ਨਾ ਆਹ ਦੇਖੋ ਪਲੇਟ ਇਹਦੀ ਇੰਨੀ ਪਲੇਟ ਬਾਹਰ ਆ ਰਹੀ ਆ ਕਸਣ ਤੋਂ ਬਾਅਦ ਵੀ ਬਹੁਤ ਹੈਵੀ ਰਿਮ ਤਿਆਰ ਕੀਤਾ ਬਾਈ ਨੇ ਯਾਰ ਸੁਣ ਲੱਗਦਾ ਟਾਇਰ ਬਸ ਉਹ ਕਰਨਾ ਹੁਣ ਪਿਛਲੇ ਟਾਇਰ ਪਾਵਾਂਗੇ ਫਿਰ ਦਿਖਾਵਾਂਗੇ ਲੁੱਕ ਨਿੱਕ ਡੁੱਕ ਦਾਂਗੇ ਇਹ ਵਾਰੀ ਕਰਾਂਗੇ ਇਹਦਾ ਕੰਮ ਓਕੇ ਰਿਪੋਰਟ ਹੁਣ ਲੱਗਦਾ ਮੈਨੂੰ ਬਹੁਤ ਸੋਹਣਾ ਲੱਗਿਆ ਟਾਇਰ ਮੇਰੀ ਪਹਿਲਾਂ ਤੋਂ ਰੀਸ ਸੀਗੀ ਯਾਰ ਇਹਦੀ ਟੀ ਗੁੱਡੀ ਮੈਨੂੰ ਪਹਿਲੇ ਦਿਨ ਤੋਂ ਬਹੁਤ ਸੋਹਣੇ ਲੱਗਦੇ ਆ ਟਾਇਰ ਸਿੰਪਲ ਸੋਬਰ ਜਿਹੇ ਸੋਹਣੇ ਲੱਗਦੇ ਆ ਟਾਇਰ ਯਾਰ ਜੱਜਦੇ ਆ ਯਾਰ ਦੇਖੋ ਲੈ ਵਧੀਆ ਗੁੱਡ ਲੱਗਦੇ ਆ ਅਤੇ ਆਲੂ ਬੀਜਣ ਲੱਗ ਗਏ ਫਾਰਮ ਟਰੈਕ 60 ਬੇਟ ਲਾ ਕੇ ਉਹਦੇ ਜੋਣੇ ਦੇ ਮੂਹਰੇ ਲੰਗੇ ਹੋਏ ਸੀ ਬੇਟ ਲਾ ਕੇ ਇਹਦੇ ਕਸਤੇ ਮੂਹਰੇ ਉਹ ਰੱਖ ਪਏ ਪਹਿਲਾਂ ਕਿਹੜਾ ਲੱਗ ਰਿਹਾ ਖੇਤ ਬਹੁਤ ਵਧੀਆ ਤਿਆਰ ਹੋ ਗਏ ਰੋਟਾਵੀਟਰ ਇੱਕ ਵਾਰੀ ਮਾਰਿਆ ਹੋਇਆ ਦੂਜੀ ਵਾਰ ਇਹਨੇ ਅੱਜ ਮਾਰਨ ਲੱਗਿਆ ਹੋਇਆ ਮੂਹਰੇ ਮੂਹਰੇ ਇੱਕ ਵਾਰ ਰੋਟਾਵੀਟਰ ਲੰਘਾਇਆ ਹੋਇਆ ਪਟਾਮੇ ਤੋਂ ਬਾਅਦ ਬਸ ਜਿੱਥੋਂ ਟਰੈਕਟਰ ਨਿਕਲਿਆ ਨਾ ਉੱਦਣ ਪਟਾਵੇ ਮਾਰਨ ਤੋਂ ਬਾਅਦ ਦੀ ਆ ਦੇਖੋ ਲੈ ਪਲੰਦਰ ਦੀ ਪੱਥਰ ਬਣੀ ਪਈ ਆ ਇੰਨਾ ਬੇਟ ਨਾ ਕਿਲੋ ਨੱਪਦੀ ਧਰਤੀ ਉੱਥੋਂ ਬਸ ਪਲਟਾਵੇ ਤੋਂ ਬਸ ਸਿੱਧਾ ਉੱਦਣ ਹੀ ਬਸ ਜਿੱਦਣ ਪਲਟਾਵੇ ਮਾਰੇ ਆਪਾਂ ਤੁਸੀਂ ਪਿਛਲੀਆਂ ਵੀਡੀਓ ਦੇਖੀਆਂ ਹੋਣਗੀਆਂ ਅੱਜ ਵੀ ਪੈ ਗਿਆ ਬਲੌਗ ਸਟੋਰੀ ਪਾਈ ਨਹੀਂ ਉਹਦੇ ਨਾਲ 9 ਵਜੇ ਨੂੰ ਬਲੌਗ ਆ ਜਾਂਦਾ ਹੁੰਦਾ ਆਪਣਾ 10 ਵੱਜ ਕੇ
ਤੇ ਬਸ ਪਲਟਾ ਮੈਂ ਤਾਂ ਬਸ ਉੱਦਾਂ ਹੀ ਰੋਟਾਵੀਟਰ ਮਾਰਿਆ ਹੋਇਆ ਵਾ ਤੇਜ਼ ਰੱਖ ਤੀਜੇ ਲੋ ਦੇ ਵਿੱਚ ਤੀਜਾ ਆ ਤਾਂ ਹੀ ਡੇਢ ਡੇ ਪਏ ਆ ਐਂ ਵੀ ਜਨਾ ਹੀ ਬੀਜ ਸਕਦੇ ਹਾਂ ਆਹ ਦੇਖੋ ਸਿੱਧੇ ਹੀ ਇਹਨਾਂ ਨੇ ਗੜੇ ਲਾ ਕੇ ਦੇਖਿਆ ਦੋ ਟਰਾਲੀ ਚਾਲੂ ਭਰੇ ਹੋਏ ਆ ਰਾਤ ਹੀ ਭਰ ਲਏ ਸੀ ਇਹਨਾਂ ਨੇ ਟਰਾਲੀ ਲਿਆ ਕੇ ਨੇੜੇ ਜੇ ਲਾਈਏ ਉੱਥੇ ਫਿਰ ਭਰਨੇ ਸੌਖੇ ਆ ਭਰੀ ਜਾਣਗੇ ਬਾਈ ਟਾਇਰ ਮੂਹਰੇ ਵਾਲੇ ਆਪਣੇ ਨਾਲ ਦੇ ਪਾਉਣੇ ਆ ਸ਼ਾਇਦ 10-16 ਪਊਗਾ ਕਹਿੰਦਾ ਮੈਂ 11 ਨਹੀਂ ਪਾਉਣਾ 10 ਪਾਉਣਾ ਮੈਂ 11 ਪਵਾ ਕੇ ਰਾਜੀ ਹਾਂ ਖੇਤ ਵਾਹਿਆ ਹੋਇਆ ਥੱਲੇ ਦਿਖਾਉਂਦਾ ਜਾਂਦਾ ਸਤਿੰਦਰ ਦਾ ਬਾਣ ਹੀ ਬਹੁਤ ਪੋਲਾ ਇੱਧਰ ਉਹਦੇ ਕਰਕੇ ਹਾਲੇ ਵਾਹਿਆ ਵੂਹਿਆ ਨਹੀਂ ਕੁਛ ਵੀ ਨਹੀਂ ਕੀਤਾ ਹੋਇਆ ਅੰਕਲ ਕਿਵੇਂ ਖੜਾ ਖੜ ਕੇ ਰੋਟਾ ਵਿਟਰ ਮਾਰ ਰਿਹਾ ਖਿੱਚ ਧੂ ਕੇ ਆਇਆ ਰਾਈਟਰ ਪੂਰਾ ਕਿਉਂਕਿ ਪੋਲਾ ਵਾਹੁਣ ਹੈ ਨਾ ਮੂਹਰੇ ਨਾਲ ਦੀ ਨਾਲ ਰੋਟਾ ਵਿਟਰ ਮਾਰੀ ਜਾਂਦਾ ਕਿਉਂਕਿ ਪਹਿਲਾਂ ਵਾਹਿਆ ਤਾਂ ਹੈ ਨਹੀਂ ਗਏ ਤਾਂ ਇੱਕ ਵਾਰੀ ਵਾਹਿਆ ਹੋਇਆ ਅਤੇ ਗੱਲ ਦੇ ਨਿਕਲੀ ਜਾਂਦੀ ਗੱਲੋਂ ਪਹਿਲਾਂ ਉਹ ਮਾਰਿਆ ਨਹੀਂ ਸੀਗਾ ਉੱਧਰ ਨਾਲ ਦੀ ਨਾਲ ਰੋਟਾ ਵਿਟਰ ਮਾਰ ਕੇ ਨਾਲ ਹੀ ਬੀਜੀ ਜਾਂਦੇ ਆ ਨਾਲ ਨਾਲ ਹੀ ਚੱਲ ਦਿਆਂਗੇ ਕਹਿੰਦਾ ਜਿਹੜਾ ਹੀ ਅੱਗੇ ਆ ਤਾਜ਼ੀ ਤਾਜ਼ੀ ਵੱਟ ਬਾਹਲੀ ਸੋਹਣੀ ਪੈਂਦੀ ਆ ਤਾਜ਼ਾ ਤਾਜ਼ਾ ਵਾਹਿਆ ਹੋਵੇ ਹੌਲੀ ਹੌਲੀ ਤਾਂ ਹੀ ਮੈਂ ਜੇ ਤਾਂ ਨੇੜੇ ਆਇਆ ਤਾਂ ਤੇਜ਼ ਕਰ ਲਈਦਾ ਨਹੀਂ ਹੌਲੀ ਹੌਲੀ ਨਾਲ ਦੀ ਨਾਲ ਨਾਲ ਦੀ ਨਾਲ ਪਤਾ ਨਹੀਂ ਇਹਦਾ ਲੌਜਿਕ ਤਾਂ ਕੀ ਆ ਪਰ ਇਹ ਵੀ ਦੇਖਿਆ ਹੋਇਆ ਪਹਿਲਾਂ ਪਰੇ ਇਹਨੇ ਗੇੜੇ ਲਾ ਦੇ ਅੱਧਾ ਪੌਣਾ ਘੰਟਾ ਪੈ ਗਿਆ ਸਾਨੂੰ ਅਤੇ ਉਹ ਵੱਟ ਟੈਂਦੀ ਹਲੇ ਹੋਰ ਹਿਸਾਬ ਨਾਲ ਪੈਂਦੀ ਸੀਗੀ ਡੈਸਕ ਦੀ ਬਾਹਲੀ ਸੀ ਆਹ ਤਾਜ਼ਾ ਤਾਜ਼ਾ ਵਾਹ ਰਹੇ ਹਾਂ ਨਾਲ ਦੀ ਨਾਲ ਹਵਾ ਨਹੀਂ ਲੱਗਣ ਦਿੰਦੇ ਹੈਗੇ ਜਿਵੇਂ ਆਹ ਗੱਲ ਹਲੇ ਨਿਕਲੀ ਹੋਈ ਹੈ ਨਾ ਥੱਲੋਂ ਅਤੇ ਨਾਲ ਹੀ ਤਾਜ਼ੇ ਤਾਜ਼ੇ ਦੀ ਵੱਟ ਪੈ ਗਈ ਵੱਟ ਬਹੁਤ ਸੋਹਣੀ ਪੈਂਦੀ ਆ ਜਦੋਂ ਨੇੜੇ ਆਉਣ ਲੱਗਦਾ ਆਪਾਂ 2000 ਚੱਕਰ 'ਤੇ ਕਰ ਲਈਦਾ ਪਰ ਇੱਧਰੋਂ ਭੱਜ ਪੈਂਦਾ ਨੇੜੇ ਚਲੇ ਜਾਂਦਾ ਦੌੜੀ ਆਉਣ ਲੱਗੇ ਹੋਇਆ ਜ਼ੋਰ ਲਾਉਣ ਮੈਂਬਰ ਆਲੂ ਵੀ ਜੀ ਆ ਮੈਂ ਇੱਧਰ ਲੱਗਿਆ ਹੋਇਆ ਦੋਵੇਂ ਟਰੈਕਟਰ 'ਤੇ ਬਾਈ ਉਹਨੇ ਨੰਗੇ ਪੈਰੀ ਹੋ ਗਏ ਜ਼ੋਰੋਂ ਜ਼ੋਰੋਂ ਆਉਣ ਲੱਗਿਆ ਹੋਇਆ ਆਹੋ ਅੱਗੇ ਯਾਰ ਤਾਂ ਅਸੀਂ ਨੇੜੇ ਲਾ ਚੱਲਿਆ ਆਲੂ ਦੇਖੋ ਭਰੇ ਦੇ ਵਿੱਚ ਡੇਢ ਕਿੱਲਾ ਇਹ ਬੀਜ ਚੱਲੇ ਥੋੜ੍ਹਾ ਰਹਿ ਗਿਆ ਓਕੇ ਰਿਪੋਰਟ ਕੰਮ ਹੋ ਗਿਆ ਪਰ ਵੱਟਾਂ ਪੀਲੇ ਰੰਗ ਦੀਆਂ ਪਈਆਂ ਨੇ ਪੀਲੇ ਰੰਗ ਦੀਆਂ ਕਿਉਂਕਿ ਪੀਲੀ ਮਿੱਟੀ ਹੋਈ ਆ ਸ਼ਹਿਰ ਕੈਮਰੇ ਦੇਖਦੀ ਹੋਵੇ ਨਾ ਦੇਖਦੀ ਹੋਵੇ ਮਿੱਟੀ ਲੱਗ ਗਈ ਫਿਰ ਜਿਹੜੀ ਆ ਜਦ ਕਾਲੀ ਹੋਈ ਪਈ ਉਹ ਤੇ ਸਾਰੀ ਸਾਹਮਣੇ ਕਿਉਂਕਿ ਪਹਿਲੀ ਵਾਰ ਖੇਤ ਪਲਟਿਆ ਨਾ ਅਤੇ ਪਲਟਾਇਆ ਵੀ ਦੂਗਾ ਹੀ ਆ 110 ਸੀਗਾ ਇੱਥੇ ਝੋਨਾ ਨਾਲੋਂ ਸਭ ਗਿਆ ਵਾ ਪਰਾਲੀਆਂ ਅਤੇ ਮੈਂ ਆਹ ਸਾਈਡ ਵਾਲਾ ਗੇੜਾ ਲਾਈ ਜਾਂਦਾ ਸੀਗਾ ਇੱਕ ਲਾ ਲਈਦਾ ਵਾ ਦੂਜਾ ਗੇੜਾ ਲਾਉਣ ਲੱਗੇ ਆਲੂ ਪਏ ਹੁੰਦੇ ਤਾਰ ਕੇ ਦੂਆ ਗੇੜਾ ਹੀ ਲਾਉਂਦੇ ਹੈਗੇ ਆਲੂ ਵੱਢੇ ਜਾਂਦੇ ਆ ਜਿਵੇਂ ਆਹ ਆਲੂ ਪਏ ਹੈ ਨਾ ਅਤੇ ਲੱਗਣੇ ਸਾਈਡ 'ਤੇ ਉਹਦੇ ਤਾਂ 4 ਗੇੜੇ ਆ ਮਸ਼ੀਨ ਦੇ ਇਹ ਇੱਕ ਗੇੜਾ ਲਾ ਲਈਦਾ ਨਾਲ ਦੇ ਧਰ ਕੇ ਰੋਟਾਵੀਟਰ ਨਾਲ ਨਾਲ ਮਾਰ ਕੇ ਬੀਜਿਆ ਸੀਗਾ ਇਹਦੇ ਪਿੱਛੇ ਰੋਟਾਵੀਟਰ ਸੀ ਉਹ ਇਹਦੇ ਪਿੱਛੇ ਮਸ਼ੀਨ ਸੀਗੀ ਫਾਰਮ ਟਰੈਕ ਨਾਲ ਹੀ ਬੀਜ ਦਿੰਦੇ
ਇੱਧਰ ਮੋੜੇ ਲੱਗਣੇ ਆ, ਇੱਧਰ ਵੀ ਲੱਗਣੇ ਆ, ਪਰੇ ਵੀ ਲੱਗਣੇ ਆ, ਤਕੋਣ ਕਰਕੇ ਆ ਸਾਰਾ ਇੱਧਰ ਵੀ ਇੱਧਰ ਦੋ ਗੇੜੇ ਲਾ ਆਣੇ ਆ, ਕਿਉਂਕਿ ਪਹੀ ਆ ਟਰੈਕਟਰ ਉੱਪਰ ਚੜ੍ਹਿਆ ਹੁੰਦਾ ਪੱਟਣ ਲੱਗੇ ਵੀ, ਇੱਧਰ ਜ਼ਿਆਦਾ ਚਾਰ ਹੀ ਲੱਗਣਗੇ, ਵੱਟ ਆ ਵੱਟ ਟਪਾ ਨਹੀਂ ਹੁੰਦੀ ਹੁੰਦੀ, ਬਸ ਚੱਲ ਜਾਣਾ ਕੰਮ ਜੀ ਵੀ ਪਹਿਲਾਂ ਹੀ ਵੱਧ ਪਾਤਾ ਥੋੜ੍ਹਾ ਜਿਹਾ, ਕਈ ਅੰਦਰਾਂ ਨੂੰ ਚੱਕੇ ਦੇ ਗੜੇ ਗੜੇ ਘਟਾਉਣ ਵਾਲੇ ਸੀਗੇ, ਉਹ ਹੁਣ ਘਟਾਏ ਆ, ਹੁਣ ਨਹੀਂ ਪੈਂਦਾ ਪੂਰਾ, ਪਹਿਲਾਂ ਚੌਂਤੀ ਚੁੱਕੀ ਦੇ ਪਹੁੰਚ ਜਾਊਗਾ ਵੀ ਚੌਂਤੀ ਦੁਨੀਆ ਕਿਲੇ ਜਾਂਦੇ ਤਾਂ ਕਿਲੇ ਆਲਦਾ ਬਣ, ਪਹਿਲਾਂ ਵੀ ਲਾਗੋ ਮੈਂ ਵੇਚਦਾ, ਚਲੋ ਬੋਰੀਆਂ ਬੜੀਆਂ ਕੱਟੀਆਂ ਕਹਿੰਦੇ ਮਿਲਣੀ ਬੋਰੀਆਂ ਵੱਧ ਲੱਗ ਜਾਣਾ ਜੀਆਂ, ਫਿਰ ਘਟਾਇਆ ਥੋੜ੍ਹਾ ਜਿਹਾ। ਦੂਜੇ ਖੇਤ ਆ ਗਏ ਸੀਗੇ ਅਸੀਂ, ਇੰਨੇ ਗੜੇ ਉਹਨੇ ਲਾ ਦੇ, ਇੰਨੇ ਗੜੇ ਮੈਂ ਲਾ ਦੇ, ਇਹ ਛੋਟੇ ਲੋਡ ਬੀਜੇ ਆ, ਇੱਧਰੋਂ ਲੰਬੇ ਲੋਡਾਂ ਦੇ, ਅਤੇ ਖਾਲ ਇੱਧਰ ਆ, ਉਹਦੇ ਕਰਕੇ ਵੀ ਵਿਚਾਲੇ ਆ ਖਾਲ ਪੈ ਜੂਗਾ ਜੀ, ਇੱਧਰ ਨੂੰ ਪਾਉਂਦੇ ਦੋ ਖਾਲ ਪਾਉਣੇ ਪੈਣੇ, ਛੋਟੇ ਲੋਡ ਬੀਜਦਾ ਇਹ ਵੀ ਇੱਕ ਖਾਲ ਨਾਲ, ਉਹ ਵਿਚਾਲਿਓ ਖਾਲ ਪੈ ਜੂ ਲਾ ਸਿਰੇ ਤੱਕ, ਇਹ ਤਾਂ ਬਾਈ ਕੱਦੂ ਔਖਾ ਕਰੂ, ਪਰਲਾ ਖੇਤ ਉਹ ਵਾਲਾ, ਇਹ 'ਚ ਮੈਂ ਹਿਸਾਬ ਨਾਲ ਮਾਰੇ ਸੀ, ਜਿਹੜਾ ਇੱਦੂ ਪਰਲਾ ਖੇਤ ਉਹ ਦਬੜੀ ਉਹਨਾਂ ਨੇ ਮਾਰਿਆ ਖੇਤ ਦੇ ਵਿੱਚ, ਬਹੁਤ ਡੂੰਘੇ ਰੱਖ ਕੇ ਮਾਰੇ ਹੋਇਆ ਉੱਥੇ, ਉਹਨਾਂ ਨੇ ਕੰਟਰੋਲਰ ਛੇੜ ਕੇ ਜਮ੍ਹਾਂ ਡੂੰਘੇ ਰੱਖ ਕੇ ਮਾਰੇ ਹੋਇਆ, ਕੱਦੂ ਨੂੰ ਤੰਗ ਕਰੂਗਾ ਕਰੂਗਾ ਖੇਤ, ਨਵੇਂ ਨਵੇਂ ਟਾਇਰਾਂ ਦਾ ਵੀ ਬਾਲਾ ਚਾਹ ਹੁੰਦਾ ਬੰਦਾ ਦਾ, ਲਕੀਰਾਂ ਦੇਖੋ ਉਹ ਲਾਲ ਲਾਲ, ਉੱਤੇ ਇੱਕ ਇਹ ਆ, ਇੱਕ ਗੁੱਡੀ ਉੱਤੇ ਆ ਇਹਦੇ ਅੰਦਰਲੇ ਪਾਸੇ, ਔਰ ਚੱਟੀ ਦੇਖਦੇ ਦੇਖਦੇ ਇੱਕ ਇੱਧਰ ਸਟਿੱਕਰ ਆ, ਮੈਨੂੰ ਆਇਆ ਲੈਣ ਆ ਜਾਵੇ, ਉਹੀ ਇੱਕ ਮੱਲੋ ਮੱਲੀ ਲੈ ਗਿਆ ਬਈ, ਉਹ ਆ ਗਿਆ ਇੱਧਰਲਾ ਤਾਂ ਲੈ ਗਿਆ ਪਹਿਲਾਂ, ਮੈਂ ਕਿਹਾ ਨਵੇਂ 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 ਚਾਹ ਨਹੀਂ ਹੁੰਦਾ ਟਾਇਰਾਂ ਦਾ, ਜਿਵੇਂ ਨਵੇਂ ਟਾਇਰਾਂ ਦਾ ਬੜਾ ਚਾਹ ਹੁੰਦਾ, ਗੱਡੀ ਦੇ ਪਵਾਲੋ ਜਿਹੜੇ ਮਰਜ਼ੀ ਪਵਾਲੋ, ਨਵੇਂ ਟਾਇਰ ਤਾਂ ਬੰਦਾ ਐਂ ਕਰੀ ਜਾਂਦਾ ਰਹਿੰਦਾ ਵੀ ਨਵੇਂ ਨਵੇਂ ਟਾਇਰ ਫੁੱਲ ਸੀ, ਆਹ ਵੀ ਦਿੱਤਾ ਪਹਿਲੇ ਲੋਚਰਾ ਚੱਲਦਾ ਵਾ, ਫੋਲੀ ਮਰ ਥੱਲੇ ਫੋਲੀ ਜਗ੍ਹਾ ਸਫਾਈ ਦੇਖ ਲਓ, ਪੀਊਗਾ ਜੀ ਤੇਲ ਤਾਂ ਇਹ ਹਿਸਾਬ ਨਾਲ, ਲੈ ਗੁੰਡਾ ਅੰਬ ਗਿਆ ਕਲੱਚ ਵਾਲਾ, ਕਲੱਚ ਆਹ ਲਾਤਾਂ ਆ ਨਾ ਵਾਰ ਵਾਰ ਰੱਖਣੀ ਪੈਂਦੀ ਆ ਉਹਦੇ ਮੋੜ, ਤਾਂ ਹੀ ਮੈਂ ਇੱਧਰ ਬਹਿ ਗਿਆ, ਮੈਨੂੰ ਬਿਠਾਉਂਦੇ ਸੀ ਪਹਿਲਾਂ ਦੌੜੀਆਂ, ਮੈਨੂੰ ਕਰੀ ਜਾਂਦੇ ਕਹਿੰਦਾ ਆਲੂ ਬੀਜੀ ਆਲੂ ਬੀਜੀ ਆਲੂ ਬੀਜੀ, ਵੀ ਆਹ ਕੰਮ ਅਸੀਂ ਕਰ ਲਾਂਗੇ, ਚੱਲ ਮੈਂਬਰ ਮਿਲ ਗਿਆ ਕਰਕੇ ਉਹ ਆਲੂ ਬੀਜੀ ਜਾਂਦਾ, ਨਹੀਂ ਤਾਂ ਬੀਜਣੇ ਹੀ ਪੈਣੇ ਸੀ, ਚਲੋ ਗੱਲ ਕਿਹੜੀ ਆ, ਕਿਉਂਕਿ ਦੌੜੀਆਂ ਦੇ ਪਹਿਲੇ ਸਾਲ ਆ, ਪਹਿਲੀ ਵਾਰ ਆਲੂ ਲਾਇਆ ਇਹਨੇ ਜ਼ਿੰਦਗੀ 'ਚ, ਪਹਿਲੀ ਵਾਰੀ ਜਾਣੀ ਆਲੂ ਲਾਇਆ, ਅਤੇ ਪਰ ਇਹਦਾ ਹੈ ਕੰਟਰੈਕਟ ਹੀ ਆ ਕੰਪਨੀ ਨਾਲ, ਹੋਰ ਘੱਟ ਖਾ ਸਕਦੇ ਇਹਨਾਂ ਨੂੰ ਘਾਟਾ ਨਹੀਂ, ਜਿਹੜਾ ਕੰਪਨੀ ਦਾ ਕੰਟਰੈਕਟ ਹੋ ਗਿਆ ਉਹ ਬੰਦਾ ਘਾਟਾ ਨਹੀਂ ਖਾਂਦਾ, ਉਹ ਤਾਂ ਪਹਿਲਾਂ ਹੀ ਗੱਲ ਹੋਈ ਹੋਈ ਆ ਭਾਈ ਵੀ ਇਹਨੂੰ ਆਲੂ ਚੱਕਿਆ ਜਾਣਾ, ਅਤੇ ਕੀ ਕਹਿੰਦੇ ਹੁੰਦੇ ਆ, ਤਾਂ ਕਰਕੇ ਫਿਰ ਸਾਰਾ ਕੁਛ ਲੱਗੇ ਹੋਏ ਹਾਂ, ਪਹਿਲੇ ਪਹਿਲੇ ਸਾਲ ਬੰਦੇ ਨੂੰ ਭੇਜ ਹੀ ਪੈਂਦਾ ਹੁੰਦਾ ਵਾ, ਵਧੀਆ ਬਣ ਗਿਆ ਪਰ ਫਿਰ ਵੀ ਲੱਗੇ ਹੋਏ ਆ ਉਦਣ ਦੇ ਹੀ, ਤਿਆਰ ਕਰੀ ਜਾਂਦੇ ਹੈਗੇ ਅੱਜ ਬੀਜੀ ਜਾਂਦੇ, ਦੇਖੋ ਤੁਸੀਂ ਊਈ ਆਹ ਜਗ੍ਹਾ ਦੇਖੋ ਕਿਹੜੀ ਪਈ ਹੈ ਨਾ, ਆਹ ਦੇ ਕੋਈ ਪੈਰ ਨਹੀਂ ਖੋਲਦਾ, ਇਹ ਲੈ ਦੇਖੋ ਪੋਲੀ ਪੋਲੀ ਹੋ ਗਈ, ਰੋਟਾ ਵਟਾ ਡੂੰਘਾ ਵੀ ਰੱਖ ਕੇ ਚੱਲੀ ਜਾਂਦਾ ਇਹਦੇ ਪੈਰ ਚੱਪਦੇ ਹੁੰਦੇ, ਉਹ ਡੂੰਘਾ ਵੀ ਆ ਦੇਖੋ ਤਾਈ ਉੱਧਰ, ਆਹ ਹਾਲੇ ਲੀਵਰ ਸੁੱਟਿਆ ਹੀ ਆ ਮੈਂ, ਇੱਕ ਮਿੰਟ ਕਰਦਾ ਆਹ ਦੇ, ਇੰਨੀ ਮਿੱਟੀ ਮੂਹਰੇ, ਇੰਨੀ ਮਿੱਟੀ
ਸੀ ਮਗਰ ਹਾਲੇ ਛੱਟੇ ਲੀਵਰ ਨੇ ਹੁਣ ਉਹ ਹੋਰ ਭਰਨਾ ਉਹਨੇ ਹਾਲੇ ਉਹ ਬਗੂਣੀ ਆ ਕੀ ਬਿਠਾ ਹੈ ਰਿਓ ਆ ਖੇਤ ਜਿਹੜਾ ਰਿਓ ਆ ਪਾਇਆ ਹੋਇਆ ਸਾਰਾ ਉਹਦੇ ਛਿੱਟੇ ਪਏ ਹੋਏ ਆ ਨਾ ਇਹਨੂੰ ਪਹੀ ਦੀ ਲਾਇਆ ਹੋਇਆ ਇਦੂ ਬਾਅਦ ਆਹ ਆਹ ਖੇਤ ਹੈ ਕੋ ਸਾਹਮਣੇ ਖੇਤ ਜੀ ਚਾਲੂ ਬੀਜਣੇ ਆ ਉਹਦੇ ਕੋਲ ਜਵਾਕ ਜਿਹਾ ਲੱਗਦਾ ਪਿੱਛੋਂ ਪਤਲੇ ਪਤਲੇ ਟਾਇਰਾਂ ਨਾਲ ਉਪੜਿਆ ਵੇ ਮੂਹ ਲੜਿਆ ਯਾਰੀ ਲੱਗਦਾ ਪਿੱਛੋਂ ਜਵਾਕ ਜਿਹਾ ਲੱਗਦਾ ਬਾਈ 11-16 ਨਾ ਪਹਿਲਾਂ ਆਪਣੇ 10-16 ਪਾਏ ਹੁੰਦੇ ਸੀ ਉਹ ਛੋਟੇ ਰਹਿ ਜਾਂਦੇ ਕਿਤੇ ਨਾ ਕਿਤੇ ਜਾ ਕੇ ਪਿਛਲੇ ਟਾਇਰਾਂ ਦੇ ਹਿਸਾਬ ਨਾਲ 11-16 ਪੂਰੇ ਸਹੀ ਆ ਇਹਦੇ ਵੀ ਪਾਣੇ ਦਬੜੀਏ 11-16 ਪਾਉਣਾ ਠੀਕ ਆ ਬਾਈ ਉਹ ਚੱਕੀ ਗਏ ਰਹਾ 11-16 ਪਾਉਣਾ ਹੋ ਆਵਾਂਗੇ ਯਾਰ 11-10 ਨਹੀਂ ਦੂਜੇ ਪਾਲਾਂਗੇ ਕੋਈ ਰੇੜੀ ਵਾਲੀ ਹੈਗੇ ਪਾਉਣੀ ਹੈ ਚੱਲ ਥੋੜੇ ਟਾਈਮ ਤੱਕ ਅੱਗੇ ਅੱਗੇ ਪਾਲਾਂਗੇ ਮੂਹਰੇ ਤਾਂ ਪਾ ਦੇਣੇ ਟੀ ਗੁੱਡੀ ਤਾਂ ਸਾਡੇ ਦਿਲ ਨੂੰ ਲੱਗ ਗਈ ਟੀ ਗੁੱਡੀ ਤਾਂ ਪਾ ਦੇਣੀ ਜੇ ਤੁਹਾਨੂੰ ਵਧੂ ਉਹ ਲੱਗ ਜਾਣਾ ਹੁੰਦਾ ਫਿਲਟਰ ਜਿਹਾ ਸ਼ਾਇਦ ਨਾ ਦੇਖੇ ਪਰ ਪੀਲੀ ਮਿੱਟੀ ਸ਼ੁਰੂ ਵੀ ਦੇਖਦੀ ਵੈਸੇ ਤਾਂ ਵੀਡੀਓ ਸ਼ਾਇਦ ਦੇਖੇ ਨਾ ਦੇਖੇ ਫਿਲਟਰ ਫੁਲਟਰ ਲੱਗ ਜਾਂਦੇ ਬਾਅਦ ਚੋਂ ਅਪਡੇਟ ਜੀ ਕਰ ਦੇਣੀ ਹੈ ਨਾ ਵਧੀਆ ਪਈਆਂ ਨੇ ਚੱਲ ਬੱਟਾਂ ਤਾਂ ਵਾਹਿਆ ਤਾਂ ਨਾ ਮਤਰੀਆ ਖੇਤ ਪਰ ਆਏ ਆ ਵੀ ਇਹ ਆਹਦਾ ਖੇਤ ਬਣੀ ਬਹੁਤ ਸੋਹਣਾ ਸੀ ਯਾਰ ਤਾਂ ਹੀ ਨਹੀਂ ਸਫਾਈ ਜਾਂਦੀ ਜਮਾਂ ਦੇਖੋ ਤਾਈ ਜਮਾਂ ਪੱਧਰੇ ਲੈ ਕੋਈ ਉੱਚਾ ਨਹੀਂ ਮੈਂ ਐਂ ਪਲਟਾਇਆ ਹੋਇਆ ਇੱਧਰ ਨੂੰ ਗੇੜੇ ਲਾਏ ਹੋਏ ਆ ਪਲਟਾਉਣ 'ਚ ਬੜਾ ਸੋਹਣਾ ਪਲਟਾਇਆ ਅਤੇ ਇਹ ਜੇ ਮੈਂ ਇੰਨਾ ਵਧੀਆ ਮੈਨੂੰ ਆਪ ਨੂੰ ਵੀ ਲੱਗਿਆ ਹੋਇਆ ਪਲਟਾਉਣ ਤੋਂ ਬਾਅਦ ਮੈਂ ਕਿਹਾ ਬੜਾ ਸੋਹਣਾ ਪਲਟਿਆ ਮਿੱਟੀ ਬਹੁਤ ਬਰੀਕ ਹੀ ਹੁੰਦੀ ਪਤੰਦਰ ਦਾ ਉੱਚਾ ਨਹੀਂ ਮੈਂ ਤਾਂ ਹੋਇਆ ਹੀ ਨਹੀਂ ਜਿੱਥੇ ਇੱਕ ਵਾਰ ਪਲਾਓ ਰੱਖਤੇ ਉੱਥੇ ਹੀ ਸਾਰੇ ਚੱਲੀ ਗਏ ਜਮਾਂ ਨਹੀਂ ਹਿੱਲੇ ਕਰੇ ਸਾਰੇ ਪੂਰੇ ਜੋ 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 ਕੇ ਬਹੁੰਦੇ ਆ ਖੇਤਾਂ ਨੂੰ ਉਹ ਸਾਹਮਣੇ ਤਵੀਆਂ ਚੱਲੀਆਂ ਜਾਂਦੀਆਂ ਆਹ ਟਰਾਲੀ ਤੋਂ ਪਿੱਛੇ ਵੀ ਤਵੀਆਂ ਚੱਲੀਆਂ ਜਾਂਦੀਆਂ ਉਹ ਦੋਹਰ ਲਾਈ ਜਾਂਦਾ ਸਾਹਮਣੇ ਆਹ ਦੇਖੇ ਦੇ ਇੱਕਦਮ ਪੂਰੇ ਚੱਲ ਵੱਡਾ ਚੱਲਦਾ ਟਰੈਕਟਰ ਕਿਹਦੇ ਨਾਲ ਚੱਲਦਾ ਆਹ ਲਾਂਗੇ ਉਹਨੇ ਤਵੀਆਂ ਦੀ ਦੌਰ ਲਾ ਦਿੱਤੀ ਪਲਾਵਿਆਂ ਤੋਂ ਬਾਅਦ ਰੋਟਾਵੀਟਰ ਰੋਟਾਵੀਟਰ ਤੋਂ ਬਾਅਦ ਦੌਰ ਤਵੀਆਂ ਲੱਗ ਗਈ ਸੁਹਾਗੇ ਤੋਂ ਬਾਅਦ ਬੰਦਾ ਹਲ ਮਾਰੂ ਹਲ ਮਾਰ ਕੇ ਰੋਟਾਵੀਟਰ ਮਾਰੂ ਉਹ ਵੀ ਤਵੀਆਂ ਮਾਰੀ ਜਾਂਦੇ ਆ ਉਹ ਸਾਹਮਣੇ ਰੋਟਾਵੀਟਰ ਚੱਲੀ ਜਾਂਦਾ ਪੂਰਾ ਬਹੁੰਦੇ ਇੱਧਰ ਕਹੋ ਨਹੀਂ ਕਰਿਆ ਪਲਾਓ ਮਾਰੇ ਪਿੰਡਾਵੇਂ ਤੋਂ ਬਾਅਦ ਤੀਜੇ ਗੇੜੇ 'ਚ ਰੋਟਾਵੀਟਰ ਮਾਰਤਾ ਅੱਜ ਪਹਿਲੇ 'ਚ ਰੋਟਾਵੀਟਰ ਉਹਦੇ ਤਵੀਆਂ ਚੱਲਦੀਆਂ ਮਨ ਦੌਰ ਲੱਗੀ ਜਾਂਦੀ ਆ ਇੱਧਰ ਬਸ ਉਦੋਂ ਇੱਕ ਵਾਰ ਰੋਟਾਵੀਟਰ ਅੱਜ ਪਹਿਲੇ ਗੇੜੇ 'ਚ ਰੋਟਾਵੀਟਰ ਦੌੜੀ ਉਹਨੇ ਕਿਹਾ ਬਾਲੀਏ ਬਾਲੀਏ ਉਹ ਦਫਾ ਕਰ ਇੰਨਾ ਬਾਹੇ ਕੀ ਕਰਨਾ ਇੰਨਾ ਬਾਹੇ ਕੀ ਕਰਨਾ ਬਸ ਕਹੋ ਨਹੀਂ ਕਰਿਆ ਇੱਕ ਵਾਰ ਪਹਿਲਾਂ ਰੋਟਾਵੀਟਰ ਇੱਕ ਵਾਰ ਅੱਜ ਰੋਟਾਵੀਟਰ ਉਦੋਂ ਨਾਲੇ ਮਾਰਿਆ ਹੀ ਵੱਡੇ ਗੇੜ 'ਚ ਆ ਗਏ ਥੋੜਾ ਜੰਮਿਆ ਹੋਇਆ ਗਲੇ ਰਹਿ ਗਏ ਪਰ ਬੀਜੀ ਜਾਂਦਾ ਵਧੀਆ ਇਹ ਰੋਟਾ ਵਿੱਚ ਡੂੰਘਾ ਨਹੀਂ ਜਾ ਰਿਹਾ ਸੁਹਾਗਾ ਮਾਰਿਆ ਹੋਇਆ ਕੜਾ ਰੱਖ ਕੇ ਪਰ ਫਿਰ ਵੀ ਐਂ ਨਹੀਂ ਗੱਲ ਯਾਰ ਰੋਟਾਂ ਵਧੀਆ ਬੀਜੀ ਜਾਂਦੀ ਸੌਖੀ ਚੱਲਦੀ ਤਾਂ ਫਿਰ ਮਸ਼ੀਨ ਡੂੰਘੀ ਨਹੀਂ ਜਾਂਦੀ ਜਦੋਂ ਬਾਹਲੀ ਭੁੱਲੀ ਹੋ ਗਈ ਜਦੋਂ ਡੂੰਘਾ ਆਹ ਦੇਖ ਲਓ ਕਿੰਨੀ ਕੁ ਟਰਾਲੀ ਤੁਰਦੀ ਹੈ ਰੋਟਾ ਵਿੱਚ ਮਾਰਿਆ ਹੋਇਆ ਵਾ ਇੱਥੇ ਤੱਕ ਆਹ ਦੇ ਇੱਥੇ ਤੱਕ ਮਾਰਿਆ ਹੋਇਆ ਪਰ ਹਾਲੇ ਮਾਰਨਾ ਉਹ ਖੜਾ ਟਰੈਕਟਰ ਉਹ ਹੋ ਜਾ ਫੋਕਸ ਹੋ ਗਿਆ ਹੋ ਗਿਆ ਹੋ ਗਿਆ
ਆਇਆ ਕਰ ਨੀ ਗਲੀ ਫਿਰੇ ਕੱਲ ਮੇਰੀ ਫੜ ਕੇ ਬਾਂਹ ਗਏ ਚਲੀ ਝੜਕਾ ਮਾਰਿਆ ਮੋਢਾ ਲਾ ਤਾ ਮੋਢਾ ਹੁਣ ਤੱਕ ਦੁਖੀ ਜਾਂਦਾ ਕਹਿੰਦਾ ਮੇਰਾ ਪਰੇ ਰਹੋ ਰੋੜਾ ਮਾਰੂ ਲੈ ਹੁਣ ਤਾਂ ਵੀ ਜਿਹੜੀ ਆ ਖੇਤ ਜਿਹਾ ਤਿਆਰ ਕੀਤਾ ਹੋਇਆ ਸਾਡੀ ਮਸ਼ੀਨ ਬੀਜ ਵੱਧ ਪਾਈ ਜਾਂਦੀ ਆਪਣੇ ਇਹਨੇ 2 ਕਿੱਲੇ ਘਟਾ ਦੇਗਾ 12 ਕਿੱਲਿਆਂ ਦਾ ਬੀਜ ਸੀ ਆਪਣੇ ਕੋਲ ਅੱਜ ਅਸੀਂ ਬੀਜ ਘਟਾਇਆ ਮਾੜਾ ਪਿੱਛੋਂ ਪਹੀਏ ਤੋਂ ਚੱਲ ਜਿਹੜਾ ਆ ਖੇਤ ਆ ਇਹ ਬੀਜਿਆ ਨਹੀਂ ਜਾਣਾ ਹੈਗਾ ਪਰਲਾ ਆਹ ਜਾਣੀ ਇੱਥੇ ਤੱਕ ਆ ਵੱਟ ਤੱਕ ਬੀਜਿਆ ਜਾਊ ਅਤੇ ਵੱਧਦੀ ਬਾਰੀਆਂ ਘਟਾਇਆ ਵੀ ਹੈ ਚੱਲ ਫਿਰ ਵੀ ਵੱਧ ਹੀ ਚੱਲਦਾ ਵੀ ਜਿਸ ਤੱਕ ਲੱਗਦਾ ਵੀ ਵੱਧ ਹੀ ਪਈ ਜਾਂਦੀ ਆ ਬਾਕੀ ਪਤਾ ਨਹੀਂ ਚੱਲੋ ਜਿੰਨਾ ਕੁ ਬੀਜਿਆ ਜਾਵੇ ਠੀਕ ਆ ਬਾਕੀ ਕਣਕ ਜਾਂ ਸਰੋਂ ਲੱਗ ਜੂਗਾ ਹੁਣ ਬਸ ਆਪਣਾ ਤਾਂ ਕਿਹੜਾ ਰਹਿ ਗਿਆ ਆਪਾਂ ਤਾਂ ਵਿਹਲੇ ਉਹ ਸਾਹਮਣੇ ਨਾ ਖੇਤ ਹੁਣ ਪਲਟਾ ਕੇ ਗਏ ਆ ਉਹ ਚੱਲੀ ਜਾਂਦਾ ਉਹ ਲੈਣ ਦੇ ਸਵਰਾਜ ਅਤੇ ਉਹ ਅੱਜ ਖੇਤ ਪਲਟਾ ਕੇ ਗਏ ਆ ਸਵੇਰੇ ਉਦੋਂ ਬਾਅਦ ਰੋਟਾਵੀਟਰ ਮਾਰਤਾ ਉਹਨਾਂ ਨੇ ਉਦੋਂ ਬਾਅਦ 3 ਵਾਰ ਅਤੇ 4 ਵਾਰ ਮੋੜੇ ਮਾੜੇ ਲਾਇਆ ਜਾਣੀ 3 ਵਾਰ ਤਵੀਆਂ ਨਾਲ ਵਾਹ ਕੇ ਅਤੇ ਫਲਾਣਾ ਵਾਹਦਾ ਫਲਾਣਾ ਸ਼ਾਇਦ ਸੈਡਾਂ ਸੂਡਾਂ ਲਾਈਆਂ ਵੀ ਖੁੰਜੇ ਖਾਂਜੇ ਕੱਢੇ ਆ ਇੱਦੋਂ ਬਾਅਦ ਮੈਨੂੰ ਲੱਗਦਾ ਦੁਬਾਰਾ ਰੋਟਾਵੀਟਰ ਮਾਰ ਰਹੇ ਆ ਆਹ ਖੇਤ ਵਾਲਾ ਵੀ ਐਂ ਕਰਕੇ ਗਿਆ ਅਤੇ 3 ਵਾਰ ਤਵੀਆਂ ਮਾਰਦੀਆਂ ਜੋਂਦੇ ਆ ਰਹੇ ਖੇਤ ਨੂੰ ਪੂਰਾ ਇੱਧਰ ਆਪਣੇ ਇਹਦੇ ਨਲੇ ਰਹਿ ਗਏ ਯਾਰ ਕਿਉਂਕਿ ਖੇਤ ਬਾਹਲਾ ਵਾਹਿਆ ਨਹੀਂ ਗਿਆ ਰੋਟਾਵੀਟਰ ਲੱਗ ਜਾਣੀ ਸੁਹਾਗਾ ਬਾਹਲਾ ਦੱਬ ਕੇ ਮਾਰਿਆ ਹੋਇਆ ਇਹਦੇ ਵਿੱਚ ਇਹ ਉੱਚਾ ਨਹੀਂ ਮਾਇਆ ਸੀਗਾ ਦੌੜਿਆ ਕਹਿੰਦਾ ਪਾਉਣਾ ਨੀਗਾ ਯਾਰ ਮੈਂ ਕਿਹਾ ਬਸ ਵੈਰੀ ਗੁੱਡ ਨਹੀਂ ਪਾਉਂਦੇ ਛੱਡਤਾ ਬਾਹੂ ਰਿਹਾ ਟਾਂਗੇ ਇੰਨਾ ਕੁ ਰਹਿ ਗਿਆ ਆਲੂ ਵੀ ਬੀਜਣ ਵਾਲੇ ਪਰੇ ਤਾਂ ਬੀਜਣ ਹੀ ਆਣੇ ਇੱਕ ਤੋਂ ਕਿਹੜੇ ਵਧਣਗੇ ਜੇ ਵਧਣਗੇ ਪੜਨੇ ਪੜੇ ਆ 4:45 ਹੋ ਗਏ ਦੀਵਾਲੀ ਅੱਜ ਦੇ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਆਲੂ ਬੀਜੇ ਗਏ ਤੁਹਾਡੇ ਅੱਜ ਸਫਲ ਕਿਸਾਨ ਪਤੰਦਰ ਦੀ ਬੀ ਫੇਰ ਵੱਧ ਪਾਈ ਜਾਂਦੀ ਹੈ ਕਿਸੇ ਨੇ ਨੀ ਛੱਡਿਆ ਸਾਡੇ ਪਿੰਡ ਵਧੀਆ ਪਰਚਾ ਪਾਉਂਦਾ ਅੱਗ ਲਾ ਦੀ ਤੁਸੀਂ ਜਿਹੜਾ ਯਾਰ ਲੋਟ ਨਹੀਂ ਆਉਂਦਾ ਬਾਈ ਪਲਟਾਏ ਵੀ ਹੈਗੇ ਤਾਂ ਇੰਨਾ ਕੁ ਤਾਂ ਲਾਉਣੀ ਪੈਂਦੀ ਆ ਅੱਗ ਕੀ ਕਰੀਏ ਹੁਣ ਫੂਸਲ ਨਾ ਰਾਵਣ ਨੂੰ ਲੋਕ ਆਏ ਲਾਈ ਜਾਂਦੇ ਆ ਇੱਕ ਸ਼ਹਿਰ ਆਹ ਦੀਵਾਲੀ ਆ ਲੈ ਅੱਜ ਦੇਖੀ ਭਰਾਵਾ ਇੱਥੇ ਬੁਰੇ ਹਾਲ ਹੁੰਦੇ ਧੂੰਆਂ ਹੀ ਧੂੰਆਂ ਕਰ ਦੇਣਾ ਸਵੇਰ ਨੂੰ ਕੁੱਕੜ ਬਾਂਬੀ ਨਹੀਂ ਮਾਣ ਹੈਗੇ ਪਹਿਲਾਂ ਤਾਂ ਕਿੰਨੀ ਅੱਗ ਤਾਂ ਉਹ ਲਾ ਦਿੰਦੇ ਧੂੰਆਂ ਹੀ ਧੂੰਆਂ ਕੱਢ ਦਿੰਦੇ ਆ ਫਿਰ ਉਹ ਪਟਾ ਦਿੰਦੇ ਉਹ ਖਾਲੀ ਆ ਮਸ਼ੀਨ ਨਿਬੜ ਚੱਲਿਆ ਵਾ ਥੋੜੀਆਂ ਗੱਤੇ ਰਹਿ ਗਿਆ ਥੋੜੀਆਂ ਗੂੜੀਆਂ ਰਹਿ ਗਈਆਂ ਲੱਗ ਜਾਣਗੇ ਮਾੜੇ ਮੋਟੇ ਨੜੇ ਮੜੇ ਥੱਲੇ ਦੇ ਹੀ ਫਿਰਦਾ ਹੋਵੇ ਉਹਦੇ ਇਹ ਤੂੰ ਪੈਰ ਦੇਖ ਟਰੈਕਟਰ ਦੇ ਬਾਲੇ ਜੱਜਦੇ ਆ ਤੁਮ ਡਰਦੇ ਲੈ ਵੀ ਦਬੜੀਏ ਦੇ ਬੀਜੇ ਗਏ ਆਲੂ ਉਹਦੇ ਕੋਲ ਟਰੈਕਟਰ ਚੜ੍ਹਦਾ ਜਾਣੀ ਇਹਦੇ ਕੋਲ ਇੱਥੇ ਆਹ ਜਿਵੇਂ 4.25 ਕਿੱਲੇ ਆ ਇਹਨੇ 4.25 ਕਿੱਲਿਆਂ ਦੇ ਹਿਸਾਬ ਨਾਲ ਹੀ ਲਾ ਲਓ ਉਹ ਵੀ 115 ਗੱਟੇ ਲਏ ਸੀਗੇ ਜਿਹੋ 5 ਵਾਲੇ ਮਿਲੇ ਨਹੀਂ ਹੈਗੇ ਜਿੱਥੋਂ ਲਏ ਸੀ ਉੱਥੋਂ ਹੀ ਘੱਟ ਗਏ 110 ਸੀਗੇ ਮੂਰੀਆਂ ਦੇ ਕੋਲ ਅਤੇ 110 ਦੇ ਵਿੱਚੋਂ
ਆਹ ਜਗ੍ਹਾ ਗੱਡੀ ਆ ਯਾਰ ਇੰਨੀ ਕਿਹਦੇ ਕੋਲ ਹਲੇ ਪਈਆਂ ਨੇ, ਮੈਂ ਕਹਿੰਦਾ ਪੰਜ ਸੱਤ ਬੋਰੀਆਂ ਟਰਾਲੀ 'ਚ ਹੈਗੀਆਂ ਨੇ, ਜਿਹਚੋਂ ਇੱਕ ਦੋ ਇੱਕ ਡੇਢ ਤਾਂ ਨਿਕਲ ਜਾਣੀਆਂ ਦੂਜੇ ਖਾਂਦਿਆਂ ਨੂੰ, ਉਹ ਖੰਭੇ ਕੋਲ ਕੋਈ ਖਾਲ ਖੂਲ ਜਾਂ ਕਿਤੇ ਨਾ ਕਿਤੇ ਹੈ ਨਾ ਲੱਗ ਜਾਂਦੀ ਆ। ਆਹ ਗੇ ਤਿੰਨ ਘਟਿਆ ਜਿਵੇਂ ਆਹ ਜਿੱਥੇ ਟਰੈਕਟਰ ਫਿਰਦਾ ਉੱਥੇ ਤੱਕ ਆ ਆਹ ਬਟ ਠੀਕ ਪਾਇਆ ਠੀਕ ਆ ਚੱਲ ਸੱਠ ਅੱਧਾ ਕਿੱਲਾ ਹੋਊਗਾ ਬਹੁਤ ਆ ਜਾਂਦਾ ਵੀ ਮਾੜਾ ਮੋਟਾ ਘਟਿਆ ਵਾ। ਹੁਣ ਆਪਾਂ ਚੱਲੇ ਹਾਂ ਆਪਣੇ ਖੇਤ, ਚਾਰ ਖੇਤ ਆਪਣੀਆਂ ਦਸ ਕੁ ਬੋਰੀਆਂ ਵਧੀਆ ਸੀਗੀਆਂ ਜਾਣੀ ਉਹ ਖੇਤ ਲੱਗ ਗਏ, ਦਸ ਕੁ ਬੋਰੀਆਂ ਪਈਆਂ ਦਸ ਬਾਰਾਂ ਕੁ ਉਹ ਬੋਰੀਆਂ ਉੱਥੇ, ਬਸ ਦੋ ਤਿੰਨ ਗੱਡੇ ਮੈਂ ਕਿਹਾ ਹੁਣ ਬੀਜਦਾ ਕਰਾਂਗੇ ਕੀ ਯਾਰ, ਨਾ ਤਾਂ ਦਵਾਈ ਲੱਗੀ ਆ ਨਾ ਤਾਂ ਉਹ ਖਾਣ ਦੇ ਕੰਮ ਆਉਣਾ ਹੈ ਨਾ, ਉਹ ਰੱਖਣਾ ਪੈਣਾ ਵਾ ਜਾ ਕੇ ਇਹਨੂੰ ਦੇਣਾ ਪੈਣਾ। ਮੈਂ ਕਿਹਾ ਵੀ ਚੱਲ ਪਾਇਆ ਪਿਆ ਕੇ ਉਹਦਾ ਪਾਇਆ ਹੀ ਦੇਖੋ ਵੀਡੀਓ ਦੇ ਵਿੱਚ, ਮੈਂ ਕਿਹਾ ਉੱਥੇ ਲਾ ਦਿੰਦੇ ਹਾਂ ਉਹ। ਅਤੇ ਉਸ ਬੰਦਿਆਂ ਨੂੰ ਫੋਨ ਕਰਤਾ ਸੀਗਾ ਵੱਡ ਵੱਡ ਗਿਆ ਇਹ ਬੰਦਿਆਂ ਨੂੰ ਫੋਨ ਕਰਤਾ ਸੀਗਾ, ਮੈਂ ਕਿਹਾ ਵੀ ਤੁਸੀਂ ਉਹ ਕਰ ਲਓ ਉਹ ਪਾ ਦਿਓ ਅਤੇ ਰੈਡੀ ਨੂੰ ਵੀ ਕਰਦੇ, ਮੈਂ ਕਿਹਾ ਵੀ ਘਰੋਂ ਵੀ ਭਾਈ ਟਰਾਲੀ 'ਚ ਬੋਲੀਆਂ ਆ ਗਏ ਅਸੀਂ ਆਈ ਜੋੜੀ ਬਣੀ ਬਣਾਈ ਉੱਥੇ ਲੈ ਚੱਲੇ, ਜਾ ਕੇ ਜਿੰਨੇ ਗੇੜੇ ਲੱਗਣੇ ਆ ਲਾਈਏ ਬ੍ਰੇਕ ਲਾ ਲਈਏ, ਪਹਿਲਾਂ ਤਾਂ ਇਹ ਬਹੁਤ ਮਾੜੀ ਚੀਜ਼ ਆ। ਵੈਸੇ ਤਾਂ ਇਹ ਘੁੰਮਦਾ ਨਹੀਂ ਇਹਦਾ, ਐਂ ਨਹੀਂ ਘੁੰਮਦਾ ਸੜਕ ਦੇ ਉੱਤੇ ਮੂਹਰੇ ਇੰਨਾ ਵੇਟ ਆ, ਪਰ ਫਿਰ ਵੀ ਰੈਸਟ ਨਹੀਂ ਜਾਣਾ ਚਾਹੀਦਾ, ਬ੍ਰੇਕ ਲਾ ਲਵੇ ਉਹ ਗੋਲੀਆਂ ਕੋ ਉਹਨਾਂ ਮੋਟਰਸਾਈਕਲ ਵਾਲਾ ਨਿਕਲ ਜਾ ਹਾਰਨ ਮਾਰੀ ਜਾਂਦਾ ਦਬੜੀਆ ਵੀ ਚੜਿਆ ਰੋਡ ਚੱਲ। ਚਲੋ ਚੱਲਦੇ ਹਾਂ ਪਿੰਡ ਬੀਜੀਏ ਫਿਰ ਜਲਦੀ ਜਲਦ। ਓਹੋ ਅੱਧੀ ਟੈਂਕੀ ਕਰ ਗਿਆ ਵੀ ਫੁੱਲ ਸੀਗੀ ਪਹਿਲੇ ਗੇਅਰ 'ਚ ਫਿਰ ਸਾਰੇ। ਅਤੇ ਆ ਗਏ ਖੇਤ, ਆ ਗਏ ਖੇਤ ਆਉਂਦੇ ਭਜਾਈ ਡੱਕਰੀ ਬਹੁਤ ਹੈ ਭਜਾਉਣ ਦਾ ਜੀ ਕਰਿਆ, ਭਜਾਈ ਲਈ ਹੈ ਡੱਕਰੀ ਹੈ ਫੁੱਲ ਸਿਰੇ ਲਾ ਕੇ ਬੰਦੇ ਪਾਈ ਜਾਂਦੇ ਆ ਰਹੇ, ਉਹ ਪਾਣੀ ਵੀ ਸ਼ੁਰੂ ਕੀਤਾ ਹੋਇਆ ਇੱਥੇ ਨਹੀਂ ਮੈਨੂੰ ਪਤਾ, ਹਾਂ ਉਹਦੇ ਪਰੇ ਪਾਣੀ ਲੱਗਿਆ ਹੋਇਆ ਤਿੰਨੇ ਚੱਲੀ ਜਾਂਦੀਆਂ, ਆਹ ਦੋਨੇ ਚੱਲੀ ਜਾਂਦੀਆਂ ਮੋਟਰ 'ਤੇ ਉੱਧਰ ਤੀਜੀ ਉੱਧਰ ਪਾਸੇ ਚੱਲੀ ਜਾਂਦੀ ਜਿਹੜੇ ਉੱਧਰ ਆਲੂ ਬੀਜੇ ਪਰ ਨਾਲ ਦੀ ਨਾਲ ਹੀ ਕੋਈ ਚਾੜ ਚਾੜ ਉਹ ਕਰੀ ਜਾਂਦੇ ਆ ਅਤੇ ਰਿਓ ਪਾਉਣ ਲੱਗਿਆ ਹੋਇਆ ਬੰਦੇ ਨਾਲ ਪਤਾ ਲੱਗਿਆ, ਮੈਂ ਕਹਿੰਦਾ ਇੱਕ ਤਾਂ ਧਾਰਾਂ 'ਚ ਹੁੰਦਾ ਹੋਊਗਾ ਮਸ਼ੀਨ ਆ ਗਈ, ਬਸ ਅਸੀਂ ਤਿੰਨ ਚਾਰ ਗੇੜੇ ਲੱਗਣੇ ਆ ਆਪਣਾ ਤਾਂ 10 ਮਿੰਟ ਦਾ ਕੰਮ ਨਾਲ ਹੀ ਗੇੜੇ ਲਾ ਕੇ ਬਸ ਕੰਮ ਖਤਮ ਟਾਟਾ ਬਾਏ ਬਾਏ ਕਰ ਦੇਣਾ ਆਲੂਆਂ ਨੂੰ ਬਾਈ ਬੀਜੇ ਆ ਟਾਟਾ ਬਾਏ ਬਾਏ ਕਰਾਂ ਹਲੇ ਸ਼ੁਰੂਆਤ ਆ ਬੀਜੀ ਗਏ ਆ ਸਭ ਪਾਲਣੇ ਆ ਘਰ ਖੜੀ ਆ ਪੌਣੇ 'ਚ ਹੀ ਹੋ ਗਏ ਵਧਾਰੇ ਹੋ ਰਹਿੰਦਾ ਇੰਨਾ ਕੁ ਪਾਉਣ ਵਾਲਾ ਸਾਰਾ ਮਿਕਸ ਬੀੜੀ ਜਿਹੜੀ ਕੁਛ ਵੀ ਆ ਮਸ਼ੀਨ ਵੀ ਆ ਗਈ ਚੱਲ ਟਰੈਕਟਰ 'ਤੇ ਮਸ਼ੀਨ ਬੀਜਣ ਵਾਲੀ ਆਲੂ ਉੱਦਾਂ ਦੇ ਵੱਡੇ ਕਰਕੇ ਥੋੜ੍ਹੇ ਜਿਹੇ ਖਰਾਬ ਵੀ ਹੋਏ ਪੈ ਲੈ ਜੇ ਪਾਣੀ ਪੂਣੀ ਬੜਾ ਛੱਡ ਗਏ ਵਧੀਆ ਪਈ ਜਾਂਦੀ ਆ ਪਰ ਪਟਾਈਆਂ ਬਾਲੇ ਸੋਹਣੇ ਪਾਲਟੇ ਨਹੀਂ ਸੀ ਪਰ ਬਹੁਤ ਵਧੀਆ ਵੱਟ ਪੈ ਗਈ ਲੱਗ ਜਾਣੀ ਵਧੀਆ ਪੈ ਗਈ ਇੰਨੇ ਗੇੜੇ ਲੱਗੇ ਆ ਬਸ ਆਈ ਸੀਗਾ ਯਾਰ ਵੀ ਰੱਖਣਾ ਗਾ ਤੂੰ ਚੱਕ ਤੋਂ ਆਈ ਲਾ ਦਿਓ ਬਸ ਰਿਓ ਰਿਹਾ ਪਾਤਾ ਜੀਗਾ ਇੰਨੇ ਕੁ ਰਹਿ ਗਏ ਆਹ ਗੇੜਾ ਲੱਗ ਰਿਹਾ ਆਖਰੀ ਲੰਬਾਈ ਬਹੁਤ ਆ ਯਾਰ ਉਹ ਕਿੱਥੇ ਤੱਕ ਚਲਿਆ ਗਿਆ ਕਿੱਥੋਂ ਤੋਂ ਲੱਗ ਕੇ ਆਹ ਦੇ ਹੈਪੀ ਦਿਵਾਲੀ ਮਨਾ ਰਹੇ ਹਾਂ ਕੀ ਨਹੀਂ ਕੁਛ ਚੱਲ ਕੋਈ ਦਿਵਾਲੀ ਤਾਂ ਕੀ ਕਰਨਾ ਆਹ ਨਿਬੜੇ ਕੰਮ ਆਲੂ ਆਈ ਸੀ ਯਾਰ ਖਰਾਬ ਹੋਈ ਜਾਂਦੇ ਨਾ ਵੱਡਿਆਂ ਕਰਕੇ ਕੱਟੇ ਹੋਏ ਆਲੂ ਵੱਡੇ ਫਿਰ ਚੱਲ ਗੋਲੀ ਸੀਗੀਆਂ ਦੁੱਧ ਗੋਲੀਆਂ ਚੱਲ ਚੱਲ ਲੱਗ ਜਾਣੀਆਂ ਤਾਂ ਭਾਈ ਦੁਬਾਰਾ ਲਾ ਕੇ ਸੀ ਹੁਣ ਮੁੜੇ ਲਾ ਨੇ ਇੱਧਰ ਸਾਈਡ ਦੇ ਨੂੰ ਗੇੜੇ ਥੋੜ੍ਹਾ ਹੀ ਬਚਿਆ ਕਿਹੜਾ ਬਾਹਲਾ ਨਹੀਂ ਖਰਾਬ ਦੇ ਸੁਣਾ ਆਇਆ ਤਾਂ ਆਈਆਂ ਵੀ ਹੋਰ ਪਿਆ ਖਰਾਬ ਹੋਈ ਜਾਂਦੀ ਮੈਂ ਤਾਂ ਆਈਆਂ 'ਚ ਕੱਢਿਆ ਮੈਂ ਕਿਹਾ ਜਾਂਦੇ ਰਾਤ ਹੋ ਗਈ ਚੱਕੋ ਇਹਨੂੰ ਜਿੰਨੇ ਗੇੜੇ ਇਹਨਾਂ ਨੂੰ ਕੱਢ ਦਿਉ
ਹੋਣੀ ਆ ਗਈ ਇੱਧਰ। ਉਹ ਪਰੇ ਨੂੰ ਕਰ ਲਾ, ਪਰੇ ਨੂੰ ਵੱਟ ਤੇ ਆ ਗਿਆ। 14 ਵੱਟਾਂ ਪਈਆਂ ਨੇ ਸਾਰੀਆਂ, ਪਰ ਲੰਬਾਈ ਕਾਫੀ ਹੋ ਗਈ। ਉਹੀ ਲਾ ਲਓ 12 ਗੱਟੇ ਯਾਰ, 12 ਬੋਰੀਆਂ ਜੀ, ਜੋ 2 ਬੋਰੀਆਂ ਬੀਜਦੀਆਂ ਸੀਗੀਆਂ। ਹੋਈ 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 ਭੱਜ ਲਿਆ। ਇਹ ਤਾਂ ਨਿਬੜਿਆ ਕੰਮ, ਉਹ ਤਾਂ ਦੇਖੋ ਪਿੰਡ ਬਾਈ ਦੀਵਾਲੀ ਕਰਕੇ। ਉਹਨੂੰ ਲਾਲਾ ਫੋਨ ਲਹਾ ਦੂ ਉੱਥੇ, ਮੈਂ ਮਾੜਾ ਜਿਹਾ ਗੇੜਾ ਮਾਰ ਦੇਣੀ ਬਟਰ ਉਹ ਵਾਧੂ ਆ। ਉਹ ਦੇਖੋ ਉਧਰ, ਇੱਧਰ ਤਾਂ ਘੱਟ ਆ। ਉਹ ਪਿੰਡ ਦੇਖੋ ਸਾਹਮਣੇ ਗੁਰੂ ਘਰ ਯਾਰ, ਉੱਥੇ ਸ਼ੂਟ ਕਰਨਾ ਸੀ, ਮੈਨੂੰ ਫੋਨ ਕਰੀ ਜਾਂਦੇ ਆ। ਉਹ ਡਰੋਨ ਦਾ ਲੈਣਾ ਸੀਗਾ ਸ਼ਾਰਟ ਜਿਹਾ ਆਸੇ ਪਾਸੇ, ਉਹ ਦੇਖੋ ਸਾਹਮਣੇ। ਅਤੇ ਪਿੰਡ ਉੱਤੇ ਦੇਖੋ ਚਾਨਣ ਕਿਵੇਂ ਪਿਆ ਵਾ ਸਾਰੇ ਉੱਤੇ ਦੀ, ਉਹ ਲੜੀਆਂ ਚੱਲਦੀਆਂ ਘਰਾਂ 'ਚ ਹੈ ਨਾ। ਅਤੇ ਦੇਖੋ ਸਾਰਾ ਜਿੰਨਾ ਉੱਥੋਂ ਲੈ ਕੇ ਆਇਆ ਪਿੰਡ ਆ, ਚਲ ਭਰੇ ਨੂੰ ਚਲਿਆ ਗਿਆ। ਉਹ ਚਾਨਣ ਚਾਨਣ ਜਿਹਾ ਪਿਆ ਉੱਥੇ, ਹੋਰ ਇੱਧਰ ਉੱਧਰ ਹੈ ਨਹੀਂ, ਜਿਵੇਂ ਪਿੰਡ ਚੱਲ ਦੂਰ ਨੇ, ਉਹ ਨੇੜੇ ਕਰਕੇ ਕਿੰਨਾ ਚਾਨਣ ਦੇਖਦਾ। ਹੋਰ ਕਿਤੇ ਨਹੀਂ ਕਹਿ ਸਕਦੇ, ਆਹ ਨੇੜੇ ਕਰਕੇ ਕਹਿ ਸਕਦੇ ਹਾਂ ਜ਼ਰੂਰ ਭਾਈ ਵੀ ਹਾਂ ਲੜੀਆਂ, ਕਿਉਂਕਿ ਹਰੇਕ ਦੇ ਲੜੀਆਂ ਲੱਗੀਆਂ ਘਰੇ, ਦੀਵੇ ਮੋਮਬੱਤੀਆਂ ਜਿਵੇਂ ਕੁਛ ਨਾ ਕੁਛ ਲਗਾਇਆ ਹੋਇਆ ਅਗਲੇ ਨੇ। ਇਹਨਾਂ 'ਚੋਂ ਨਾ ਅਸੀਂ ਆਹ ਕੀਤਾ, ਜਿਹੜੀਆਂ ਆਖਰੀ ਆ 2 ਵੱਟਾਂ ਨੇ, ਇਹਨਾਂ 'ਚੋਂ ਪਰਲੀ ਵੱਟ ਚਾਲੂ ਹੈਗੇ ਆ। ਉਹ ਮੈਂ ਕਿਹਾ ਯਾਰ ਜਿੰਨਾ ਕੁ ਹੈਗਾ ਹੁਣ ਤੂੰ ਜਾਪਨ ਵੇੜ, ਇੱਥੇ ਕੁ ਮੈਂ ਨਿਸ਼ਾਨੀ ਲਾ ਕੇ ਗਿਆ, ਇੱਥੋਂ ਵੱਟ ਹੋਣੀਆਂ ਸਾਰੀ। ਉਹ ਦੇ ਆਹ ਨਿਸ਼ਾਨੀ ਲਾਈ, ਇਦੂ ਬਾਅਦ ਔਰਲੀ ਵੱਟ ਢਾਉਣੀ ਹੈ, ਇਹਦੇ ਪਿੱਛੇ ਪਿੱਛੇ ਆਲੂ ਆ। ਉਹ ਮੈਂ ਕਿਹਾ ਹੁਣ ਤੂੰ ਬਾਹਰ ਨਵੇੜ ਦੇ ਜਿੰਨਾ ਹੈਗਾ, ਐਂ ਕਰਦੇ ਹਾਂ ਟਾਇਰ ਲੰਘਾ ਜਾਂਦੇ ਹਾਂ, ਨਿਸ਼ਾਨੀ ਆਪੀ ਆ, ਜਦੋਂ ਅੱਗੇ ਕੋ ਕਰਨਾ ਕੁਰਨਾ ਵਾ ਪਰਲੀ ਵੱਟ ਪੱਕੀ ਰੱਖ ਲਾਂਗੇ, ਇਹਨੂੰ ਖਾਲ ਪਾਉਣਾ ਵਾ, ਖਾਲ ਪਾ ਦਾਂਗੇ ਇਹਦੇ ਉੱਤੇ ਦੀ ਯਾਰ। ਭੁੱਲ ਭੁੱਲ ਨਾ ਜਾਈਏ, ਕਈ ਵਾਰ ਨਿਸ਼ਾਨੀ ਸ਼ੁਨੀ ਦਾ ਬੰਦਾ ਘੋਲ ਕਰ ਜਾਂਦਾ ਵਾ, ਟਾਇਰ ਨਾਲ ਹੀ ਢਾ ਜਾਂਦੇ ਆ, ਬਟ ਬਹੁਤ ਵਧੀਆ। ਮੈਂ ਬ੍ਰੇਕ ਲਾਈ ਜਾਂਦਾ, ਬ੍ਰੇਕ ਤਾਂ ਉਹ ਕੀਤਾ ਹੋਇਆ, ਮੈਂ ਵੀ ਕਹਿੰਦਾ ਲੋਡ ਲਈ ਜਾਂਦਾ, ਮੁੜਦਾ ਹੈ ਨਹੀਂ, ਬ੍ਰੇਕ ਬੰਦ ਕੀਤਾ ਹੋਇਆ। ਆ ਦੇ ਦਿਮਾਗ ਤਾਂ ਬਹੁਤ ਆ, ਵੱਟ ਚਾਲੂ ਹੈ ਨਹੀਂ, ਕਰਨਾ ਕੀ ਹੁੰਦਾ, ਇੱਥੋਂ ਮੈਂ ਮਾੜਾ ਜਿਹਾ ਖਾਲ ਜਿਹਾ ਪਾ ਦਾਂਗੇ, ਨਿਕਾ ਜਿਹਾ ਖਾਲੀ ਜੀ। ਬਾਈ ਇੰਨੇ ਕਿਹੜੇ ਲੱਗਿਆ ਬਾਈ, ਲੰਬਾਈ ਕਾਫੀ ਕਰਕੇ ਬਾਈ ਇੰਨੇ ਕੀ ਲੱਗੇ ਆ, ਆਪਣਾ ਗਿਆ ਕੰਮ ਨਿਬੜ ਆਲੂਆਂ ਦਾ, ਜਿੰਨਾ ਕੁ ਸੀਗਾ ਬੀਜਿਆ ਗਿਆ, ਠੀਕ ਆ। ਦਬੜੀਏ ਦਾ ਵੀ ਬਸ ਨਿਬੜ ਗਿਆ ਅੱਜ, ਦਬੜੀਏ ਦੇ ਨਾਲ ਖਾਲ ਖੁਲ ਪਾਉਣੇ ਆ ਪਾਈ ਜਾਣਗੇ, ਕੰਮ ਨਿਬੜ ਗਿਆ, ਆਪਣਾ ਵੀ ਨਿਬੜ ਗਿਆ, ਉਹਨਾਂ ਜੇ ਧੋਈਏ ਜਾ ਕੇ, ਦੀਵੇ ਦੂਵੇ ਲਾਉਂਦੇ ਆ, ਦੀਵੇ ਮੋਬਤੀਆਂ ਮੱਥਾ ਟੇਕੀਏ ਭਾਈ, ਸਵੇਰ ਦੇ ਤਾਂ ਇੱਧਰ ਹੀ ਫਿਰਦੇ ਹਾਂ। ਚਲੋ ਜੀ ਇੱਥੇ ਤਾਂ ਕੱਲ੍ਹ ਉੱਠੀਏ, ਵਾਹ ਇੱਧਰ ਤਾਂ ਬਸ ਇੱਕ ਗੇੜਾ ਹੀ ਲਾਇਆ ਮੋੜਿਆਂ ਨੇ, ਕਿਉਂਕਿ ਨਾਲ ਖਾਲ ਪਾਉਣਾ, ਇੱਧਰ ਖਾਲ ਦੀ ਜਗ੍ਹਾ ਛੱਡ ਲਈ। ਉਹ ਐਂ ਸੀਗਾ ਯਾਰ ਖਰਾਬ ਹੋਈ ਜਾਂਦੇ ਜੀ, ਮੈਂ ਕਿਹਾ ਵੀ ਐਂ ਆ ਨਾ ਅੱਗੇ ਹੁੰਦਾ ਬਾਈ, ਜੇ ਹੋਰ ਟਾਈਮ ਹੁੰਦਾ ਐਸਾ ਨਾ ਹੁੰਦੇ, ਇਹ ਵੀ ਅਸੀਂ ਐਂ ਛੱਡ ਦੇਣਾ ਸੀ ਕਿਸੇ ਨੂੰ ਦੇ ਦੇਣਾ ਵੀ ਚੱਲ ਤੂੰ ਬੀਜ ਲਾ ਤੇਰਾ ਘੱਟ ਗਿਆ, ਜਿਵੇਂ ਦਬੜੀ ਦਾ ਘੱਟ ਗਿਆ, ਜੇ ਕਰ ਲਿਆ ਉਹ ਕਰ ਲਿਆ। ਹੁਣ 15,000 ਦੀ ਬੋਰੀ ਆ, ਤੁਸੀਂ ਲਾ ਲਓ ਆਹ 12 ਬੋਰੀਆਂ ਸੀਗੀਆਂ, ਮੈਂ ਕਹਿੰਦਾ ਯਾਰ 12,000 ਦੀਆਂ ਹੋ ਗਈਆਂ, 1,000 ਦਾ ਚੱਲੀ ਜਾਂਦਾ, ਚੱਲ ਰੇਟ 900 ਹੋਊ ਵੱਧ ਤੋਂ ਵੱਧ, ਆ ਘੱਟ ਤੋਂ ਘੱਟ ਵੀ 900,000 ਚੱਲਦਾ ਪੈਸੇ ਦਾ ਨਾ। ਉਹ ਪਤੰਦਰ ਦੀ ਰੱਖਣ ਨੂੰ ਜੀ ਨਹੀਂ ਕੀਤਾ ਹੈਗਾ, ਜੇ ਘੱਟ ਹੋਵੇ ਤਾਂ ਉਹ ਤਾਂ ਰੱਖ ਲਵੇ, ਉਹ ਜੀ ਨਹੀਂ ਕਰਿਆ ਹੈਗਾ ਲਾਈਏ ਕਿਸੇ ਪਾਸੇ, ਲਾਈਏ ਕਿਸੇ ਪਾਸੇ ਲਾਈਏ, ਰੇਟ ਘੱਟ ਹੁੰਦਾ ਫਿਰ ਕਹਿੰਦੇ ਚੱਲ ਕੋਈ ਨਹੀਂ 10 ਬੋਰੀਆਂ ਜੀਆਂ ਪਈਆਂ ਰਹਿਣ ਦੇ ਛੱਡ ਪਰੇ। ਮੈਂ ਕਿਹਾ ਚੱਲ ਨਗਾ ਯਾਰ ਮਸ਼ੀਨ ਪਾਈ ਹੋਈ ਆ, ਫਿਰ ਪਾਉਂਦਾ ਫਿਰੂੰਗਾ ਮੈਂ, ਅੱਜ ਸੈੱਟ ਬੈਠੀ ਹੋਈ ਆ, ਰਾਤ ਨੂੰ ਕੱਢਤਾ ਗਿਆ। ਇਹ ਵੀ ਨੇੜੇ ਹੀ ਆ ਝੋਨਾ ਬਾਸਪਤੀ ਆ, ਇਹ ਅਤੇ ਇਹ ਵਾਲੇ ਪਤਾ ਨਹੀਂ ਇਹਦਾ ਰੇਟ ਰੂਟ ਕਿੱਥੇ ਲੱਗੂ ਕਿੱਥੇ ਨਹੀਂ, ਦੇਖਦੇ ਹਾਂ ਵਧੀਆ ਗਈ ਤਾਂ ਵਧੀਆ, ਚੱਲ ਖੰਨੇ ਆ ਸ਼ਾਇਦ ਗੱਲ ਕਰੀ।
ਕਰੀ ਸੀਗੀ ਖੰਨੇ ਲਾ ਕੇ ਆਵਾਂਗੇ ਯਾਰ ਮੰਡੀ ਹਰੇਕ ਕਿਤੇ ਹੁੰਦੀ ਆ ਜਿੱਥੇ ਰੇਟ ਸੈੱਟ ਬੈਠਾ ਆਪਾਂ ਨੂੰ ਉੱਥੇ ਲਾ ਆਵਾਂਗੇ ਬਸ ਹੁਣ ਮਿੱਤਰੋ ਆਲੂਆਂ ਦਾ ਗਿਆ ਕੰਮ ਨਿਬੜ ਮੇਰਾ ਦੋੜੇ ਦੋਨਾਂ ਦਾ ਹੈ ਨਾ ਹੁਣ ਆਵਾਂਗੇ ਕਣਕ ਦੇ ਖੇਤ ਵੱਡੇ ਵੱਡੇ ਪਏ ਆ ਝੋਨਾ ਅਤੇ ਬਸ ਇੱਕ ਉਹਦੇ ਵਿੱਚ ਕਣਕ ਦੇ ਹੁੰਦੇ ਆ ਹੁਣ ਵਿਆਹ ਵਾ ਇਹਨੂੰ ਹੁਣ ਵੀ ਉੱਥੇ ਚੱਲੇ ਹਾਂ ਅਸੀਂ ਦਿਵਾਲੀ ਤਾਂ ਮਨਾਉਣੀ ਨੀਗੀ ਬਸ ਵਿਆਹ ਦੇਖਦੇ ਹਾਂ ਹੁਣ ਅਤੇ ਉਸ ਤੋਂ ਬਾਅਦ ਵਿਹਲੇ ਹੋ ਕੇ ਦਸ ਤੋਂ ਬਾਅਦ ਦੇਖਦੇ ਕਣਕ ਨੂੰ ਬੀਜਾਂਗੇ ਨਹੀਂ ਵਿੱਚ ਵਿਚਾਲੇ ਜੇਕਰ ਫਿਰ ਮਿਲ ਗਿਆ ਵਿੱਚ ਵਿਚਾਲੇ ਬੀਜ ਦਾਂਗੇ ਠੀਕ ਹੈ ਮਿੱਤਰੋ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ।